ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਣਾ ਆਪਣਾ ਮਨ ਜੋੜਨਾ ਕਰੋ। ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ। ਮਨ ਜੁੜ ਗਿਆ ਤੇ ਤਨ ਵੀ ਜੁੜ ਜਾਵੇਗਾ। ਜ਼ਿੰਦਗੀਆਂ ਲੰਘ ਜਾਂਦੀਆਂ ਹਨ, ਉਮਰਾਂ ਖਤਮ ਹੋ ਜਾਂਦੀਆਂ ਹਨ, ਉਦੋਂ ਤੋਂ ਤੱਕ ਵੀ ਮਨ ਨਹੀਂ ਜੁੜਦੇ। ਦੁਨੀਆਂ ਨਾਲ ਜੁੜੇ ਰਹਿੰਦੇ ਹਨ, ਦੁਨੀਆਂ ਇੱਥੇ ਰਹਿ ਜਾਂਦੀ ਹੈ, ਦੁਨੀਆਂ ਦੇ ਮੋਹ ਪ੍ਰੀਤਾਂ ਵੀ ਇੱਥੇ ਰਹਿ ਜਾਂਦੀਆਂ ਹਨ। ਜਿਨ੍ਹਾਂ ਦੀਆਂ ਪ੍ਰੀਤਾਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਹਨ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿਨ੍ਹਾਂ ਦੀ ਪ੍ਰੀਤ ਵਾਹਿਗੁਰੂ ਜੀ ਦੇ ਨਾਲ ਹੈ, ਇੱਕ ਓਅੰਕਾਰ ਜੀ ਦੇ ਨਾਲ ਹੈ, ਉਹ ਪ੍ਰੀਤ ਨਿਭਦੀ ਹੈ। ਬਾਕੀ ਸਭ ਪ੍ਰੀਤਾਂ ਕਮਜ਼ੋਰ ਪੈ ਜਾਂਦੀਆਂ ਹਨ, ਹੌਲੀ 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 ਡਿਸਕਰੀਜ਼ ਹੋ ਜਾਂਦੀਆਂ ਹਨ, ਘੱਟ ਜਾਂਦੀਆਂ ਹਨ। ਕੱਲ ਆਪਾਂ ਪੜ੍ਹ ਰਹੇ ਸੀ ਦੱਖਣੀ ਓਅੰਕਾਰ ਜੀ ਦੇ ਵਿੱਚੋਂ ਪਹਿਲੇ ਪਾਤਸ਼ਾਹ ਜੀ ਦੇ ਬਚਨ, ਜੋ ਨਾਮ ਜਪਦੇ ਹਨ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਟਿਕ ਜਾਂਦਾ ਹੈ, ਮਿਲ ਕੇ ਵੀ ਪੀਂਦੇ ਹਨ, ਹੁਕਮ ਮੰਨਦੇ ਹਨ ਗੁਰਬਾਣੀ ਦੇ। ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵ ਹੋ ਭਾਈ। ਇਸ ਭਾਵ ਸਾਗਰ ਤੋਂ ਪਾਰ ਵੀ ਹੋ ਜਾਂਦੇ ਹਨ ਉਹ ਮਨ, ਦੀਆਂ ਤੇ ਨਾਲ ਜਾਣਗੀਆਂ ਨਹੀਂ, ਉਹ ਤਾਂ ਇੱਥੇ ਹੀ ਰਹਿ ਜਾਣਗੀਆਂ। ਅਗਲਾ ਸ਼ਬਦ ਸੀ, ਚੰਚਲ ਚੀਤ ਨ ਰਹੀ ਠਾਏ। ਇਹ ਮਨ ਚੰਚਲ ਹੈ, ਜਿਵੇਂ ਬੱਚੇ ਚੰਚਲ ਹੁੰਦੇ ਹਨ, ਡਿੱਗਦੇ ਹਨ, ਢਹਿੰਦੇ ਹਨ, ਸੱਟਾਂ ਵੱਜ ਜਾਂਦੀਆਂ ਹਨ, ਨਹੀਂ ਹਟਦੇ। ਬੜਾ ਸਮਝਾਉਣ ਤੇ ਵੀ ਬੱਚੇ ਨਹੀਂ ਹਟਦੇ, ਸੱਟਾਂ ਖਾ ਲੈਂਦੇ ਹਨ, ਉਹੀ ਉਹ ਹਾਲ ਮਨ ਦਾ ਹੈ। ਉਮਰਾਂ ਸੱਠ ਸੱਠ, ਸੱਤਰ ਸੱਤਰ, ਅੱਸੀ ਅੱਸੀ ਸਾਲ ਹਨ, ਪਰ ਮਨ ਅਜੇ ਨਿਆਣੇ ਹਨ। ਉਮਰ ਬਿਰਧ ਹੈ ਪਰ ਵਿੱਚ ਵਾਲਾ ਬੱਚਾ ਹੈ, ਸੱਟਾਂ ਖਾਂਦਾ ਹੈ, ਚੋਟਾਂ ਖਾਂਦਾ ਹੈ, ਸਿੱਧਾ ਨਹੀਂ ਚੱਲਦਾ, ਸਿੱਧਾ ਨਾ ਚੱਲਣ ਕਰਕੇ ਧੱਕੇ ਪੈਂਦੇ ਹਨ। ਹੁਕਮ ਸਨ ਸੋਧੇ ਸੋਧੇ ਰੇਗ ਚਲੋ ਤੁਮ ਨਤਰ ਕੋ ਤੱਕਾ ਦੇਵਈ ਹੈ ਰੇ, ਪਰ ਕਿੱਥੇ? ਸ਼ੀਸ਼ਿਆਂ ਦੇ ਵਿੱਚ ਆਪਣੇ ਰੂਪ ਨੂੰ ਤੱਕ ਕੇ ਵੀ ਸਮਝ ਨਹੀਂ ਆਉਂਦੀ ਕਿ ਮੈਂ ਕਿੰਨਾ ਬਿਰਧ ਹੋ ਗਿਆ ਹਾਂ, ਕਿੰਨਾ ਪੁਰਾਣਾ ਹੋ ਗਿਆ ਹਾਂ। ਮਨ ਨਹੀਂ ਸਮਝਦਾ, ਮਨ ਫਿਰ ਸ਼ੈਤਾਨੀਆਂ ਕਰਦਾ ਹੈ। ਇੱਕ ਮਨ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਹਨ, ਰਾਹੇ ਸ਼ੈਤਾਨੀ ਦੁਨੀਆ ਗੋਈ। ਗੁਰਬਾਣੀ ਦੇ ਵਿੱਚ ਕੀਰਤਨ ਵੇਲੇ ਕੀਰਤਨੀ ਸਿੰਘ ਪੜ੍ਹ ਕੇ ਸੁਣਾਉਂਦੇ ਹਨ, ਰਾਹੇ ਸ਼ੈਤਾਨੀ, ਸ਼ੈਤਾਨੀ ਦੇ ਰਾਹ ਤੇ ਦੁਨੀਆ ਗੋਈ, ਦੁਨੀਆ ਚਲੀ ਗਈ ਹੈ, ਕੋਈ ਵਿਰਲਾ ਬਚਿਆ ਹੈ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਹੈ। ਇਹ ਚੰਚਲ ਮਨ ਟਿਕਦਾ ਨਹੀਂ, ਚੰਚਲ ਚੀਤ ਨਾ ਰਹੀ ਠਾਏ। ਇਹ ਅਸਥਿਰ ਨਹੀਂ ਰਹਿੰਦਾ, ਟਿਕਾਓ ਵਿੱਚ ਨਹੀਂ ਰਹਿੰਦਾ, ਭਟਕਦਾ ਰਹਿੰਦਾ ਹੈ, ਨਿੰਦਿਆ ਵਿੱਚ, ਚੁਗਲੀ ਵਿੱਚ, ਬੁਰਿਆਈਆਂ ਵਿੱਚ, ਵੈਰ ਵਿਰੋਧ ਵਿੱਚ ਹਰ ਵੇਲੇ ਪਿਆ ਰਹਿੰਦਾ ਹੈ। ਇਹਨੂੰ ਟਿਕਣਾ ਨਹੀਂ ਮਿਲਦਾ, ਇਹਨਾਂ ਰੱਬ ਨਹੀਂ ਯਾਦ ਆਉਂਦਾ, ਜਿੰਨੇ ਦੁਸ਼ਮਣ ਇਹਨੇ ਮਨ ਵਿੱਚ ਪਾਲੇ ਹੋਏ ਹਨ, ਉਹਨਾਂ ਦਾ ਸਿਮਰਨ ਕਰਦਾ ਰਹਿੰਦਾ ਹੈ। ਚੰਚਲ ਚੀਤ ਨਾ ਰਹੀ ਠਾਏ,
ਖਾਏ। ਚੋਰੀ ਚੋਰੀ ਮਿਰਗ ਵਾਂਗੂ ਅੰਗੂਰੀ ਖਾਂਦਾ ਹੈ ਵਿਸ਼ੇ ਵਿਕਾਰ, ਠੱਗੀਆਂ ਠੋਰੀਆਂ ਜਿਹੜੇ ਕੰਮ ਲੁੱਕ ਲੁੱਕ ਕੇ ਕਰਨ ਵਾਲੇ ਹੁੰਦੇ ਹਨ ਉਹ ਕਰਦਾ ਹੈ, ਭਾਵ ਕੇ ਉਹ ਇਹਨੂੰ ਅੰਗੂਰਾਂ ਵਾਂਗੂ ਲੱਗਦੇ ਹਨ। ਲੁੱਕ ਛਿਪ ਕੇ ਕੀਤੇ ਹੋਏ ਪਾਪ ਗੁਰਬਾਣੀ ਨੂੰ ਨਹੀਂ ਸਮਝਦਾ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਵੇਲੀ ਰਾਮ। ਡਰਦਾ ਨਹੀਂ, ਦੁੱਖ ਪਾਉਂਦਾ ਹੈ, ਲੁੱਕ ਲੁੱਕ ਕੇ ਪਾਪ ਕਰਦਾ ਹੈ, ਚੋਰੀ ਚੋਰੀ ਪਾਪ ਕਰਦਾ ਹੈ। ਚੋਰੀ ਮਿਰਗ ਅੰਗੂਰੀ ਖਾਏ, ਉਹ ਪਾਪ ਇਹਨੂੰ ਅੰਗੂਰਾਂ ਵਰਗੇ ਮਿੱਠੇ ਲੱਗਦੇ ਹਨ। ਆਪਣਾ ਕੀਤਾ ਆਪ ਭੁਗਤਦਾ ਹੈ। ਸਤਿਗੁਰ ਜੀ ਹੁਕਮ ਕਰਦੇ ਹਨ ਦੱਖਣੀ ਓਅੰਕਾਰ ਜੀ ਦੇ ਵਿੱਚ, ਐ ਮਨਾ ਸਤਿਗੁਰਾਂ ਦੀ ਗੱਲ ਨੂੰ ਸੁਣ, ਸਤਿਗੁਰਾਂ ਦੀ ਗੁਰਬਾਣੀ ਨੂੰ ਸੁਣ, ਸਤਿਗੁਰਾਂ ਦੇ ਬਚਨ ਸੁਣ, ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਬਹਿਣਾ ਕਰ, ਟਿਕਣਾ ਕਰ, ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਟਿਕਾਉਣੇ ਕਰ, ਚਿੱਤ ਵਿੱਚ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਹਿਰਦੇ ਵਿੱਚ ਯਾਦ ਕਰ, ਕਲਗੀ ਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਰੂਪ ਆਪਣੇ ਨੇਤਰਾਂ ਦੇ ਵਿੱਚ ਰੱਖ, ਯਾਦ ਕਰ ਆਪਣੇ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰੂ ਜੀ ਨੂੰ। ਜੇ ਗੁਰੂ ਨਾਲ ਪਿਆਰ ਕਰੇਗਾ ਤੇਰੇ ਹਿਰਦੇ ਵਿੱਚ ਗੁਰੂ ਦੇ ਚਰਨ ਕਮਲ ਟਿਕ ਜਾਣਗੇ। ਚਰਨ ਕਮਲ ਔਰ ਹਿਰਦੇ ਨੂੰ ਕਹਿੰਦੇ ਹਨ, ਰਾਮ ਨਾਮ ਔਰ ਮੈਂ ਗਹਿਓ। ਚਰਨ ਕਮਲ ਔਰ ਧਾਰੇ ਚੀਤ। ਜੇ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਪਿਆਰ ਕਰੇਗਾ, ਬਾਜਾਂ ਵਾਲੇ ਸਤਿਗੁਰਾਂ ਨਾਲ ਪਿਆਰ ਕਰੇਗਾ, ਤੇਰਾ ਮਨ ਚਰਨ ਕਮਲਾਂ ਵਿੱਚ ਟਿਕ ਜਾਵੇਗਾ। ਹਮੇਸ਼ਾ ਹੀ ਤੇਰੇ ਚਿੱਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਚੱਲ ਪਵੇਗਾ, ਯਾਦ ਬਣ ਜਾਵੇਗੀ। ਚਿਰ ਜੀਵਨ ਚੇਤਨ ਨਿਤ ਨੀਤ। ਬੜੇ ਚਿਰ ਤੱਕ ਕੋਈ ਵੀ ਜਨਮ ਹੋਵੇ, ਕਿਸੇ ਵੀ ਜੀਵਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਟਿਕ ਜਾਵੇਗੀ। ਚਿਰ ਜੀਵਨ, ਜੀਵਨ ਵੀ ਸਫਲ ਹੋ ਜਾਵੇਗਾ, ਕਿੰਨਾ ਚਿਰ ਵੀ ਜਿਉਂਦਾ ਰਵੇ, ਚੇਤਨ ਨਿਤ ਨੀਤ ਚੇਤਦਾ ਰਵੇਗਾ, ਯਾਦ ਕਰਦਾ ਰਵੇਗਾ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੋਟੇ ਘੱਟ ਜਿਉ ਪਾਣੀ। ਦੁਨੀਆਂ ਵਿੱਚ ਕੋਈ ਵਿਰਲਾ ਹੈ ਜੋ ਸੁਖੀ ਹੈ, ਜਿਸ ਨੂੰ ਵੀ ਪੁੱਛ ਕੇ ਵੇਖੋ, ਜਿਸ ਵੱਲ ਵੀ ਤੱਕੋ, ਨਾਨਕ ਦੁਖੀਆ ਸਭ ਸੰਸਾਰ, ਸਭ ਚਿੰਤਾ ਗ੍ਰਸਤ ਹਨ, ਚਿੰਤਾ ਦੀ ਪਕੜ ਵਿੱਚ ਹਨ। ਚਿੰਤਤ ਹੀ ਦਿਸੈ ਸਭ ਕੋਏ, ਹਰ ਕੋਈ ਚਿੰਤਾ ਵਿੱਚ ਹੈ। ਗੁਰਬਾਣੀ ਨੇ ਸਮਝਾਇਆ ਵੀ ਹੈ ਨਾਨਕ, ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ
ਜਲ ਮੈਂ ਜੀ ਉਪਾਇਨ ਤਿਨਾ ਭੇਰੋ ਜੀ ਦੇ, ਜਲ ਵਿੱਚ ਵੀ 42 ਲੱਖ ਜੂਨ ਹੈ, ਸਭਨਾਂ ਨੂੰ ਵਾਹਿਗੁਰੂ ਜੀ ਰਿਜਕ ਦੇ ਰਹੇ ਹਨ, ਤੂੰ ਕਿਉਂ ਚਿੰਤਾ ਕਰਦਾ ਹੈ। ਜਿਸਨੇ ਦੁਨੀਆ ਬਣਾਈ ਹੈ, ਜਿਹਨੂੰ ਉਪਾਈ ਮੇਦਨੀ, ਸੋਈ ਕਰਦਾ ਸਾਰ, ਘੱਟ ਘੱਟ ਮਾਲਿਕ ਦਿਲਾਂ ਕਾ ਸੱਚਾ ਪਰਵਦਗਾਰ। ਹੁਕਮ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪਾਵਨ ਬਚਨ ਹਨ ਦੱਖਣੀ ਓਅੰਕਾਰ ਜੀ ਦੇ ਵਿੱਚ। ਜਿੰਨੀ ਦੁਨੀਆ ਦਿਸ ਰਹੀ ਹੈ, ਗੁਰੂ ਤੋਂ ਜਿਹੜੇ ਦੂਰ ਹਨ ਉਹ ਚਿੰਤਤ ਹੀ ਰਹਿੰਦੇ ਹਨ, ਫਿਕਰਾਂ ਵਿੱਚ ਹੀ ਰਹਿੰਦੇ ਹਨ, ਵਰੀ ਵਿੱਚ ਹੀ ਰਹਿੰਦੇ ਹਨ, ਦੁਖੀ ਰਹਿੰਦੇ ਹਨ। ਫਿਕਰਾਂ ਨੇ, ਚਿੰਤਾਵਾਂ ਨੇ ਉਹਨਾਂ ਦੇ ਮਨ ਨੂੰ ਬੰਨਿਆ ਹੋਇਆ ਹੈ, ਜਕੜਿਆ ਹੋਇਆ ਹੈ। ਚਿੰਤਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ, ਚਿੰਤਾ ਹੀ ਚਿਖਾ ਬਣ ਜਾਂਦੀ ਹੈ। ਚਿੰਤਤ ਹੀ ਦਿਸੈ ਸਭ ਕੋਏ, ਰਾਹ ਦਿੰਦੇ ਹਨ ਧੰਨ ਗੁਰੂ ਨਾਨਕ ਸਾਹਿਬ ਜੀ, ਵੱਡੇ ਬਾਬਾ ਜੀ ਦੱਖਣੀ ਓਅੰਕਾਰ ਜੀ ਦੇ ਵਿੱਚ। ਇੱਕ ਵਾਹਿਗੁਰੂ ਜੀ ਨੂੰ ਯਾਦ ਕਰੋ ਤਾਂ ਸੁੱਖ ਮਿਲੇਗਾ, ਨਹੀਂ ਤਾਂ ਚਿੰਤਾ ਦੀ ਚਿਖਾ ਤੇ ਬੰਦਾ ਉਹ ਚਿਖਾ ਤੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਸੜ ਜਾਂਦਾ ਹੈ, ਬਲ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜਗਤ ਗੁਰੂ ਦਾਤਾਰ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇ ਉਹ ਹੁਕਮ ਕਰਦੇ ਹਨ। ਇੱਕ ਓਅੰਕਾਰ ਜੀ ਨੂੰ ਚੇਤੇ ਕਰੋ, ਯਾਦ ਕਰੋ, ਸਿਮਰਨ ਕਰੋ, ਬੰਦਗੀ ਕਰੋ। ਤਹੀ ਸੁਖ ਹੋਏ, ਜਿਹੜਾ ਚੇਤੇਗਾ, ਯਾਦ ਕਰੇਗਾ ਇੱਕ ਵਾਹਿਗੁਰੂ ਜੀ ਨੂੰ, ਇੱਕ ਓਅੰਕਾਰ ਜੀ ਨੂੰ, ਦੱਖਣੀ ਓਅੰਕਾਰ ਜੀ ਦੀ ਗੁਰਬਾਣੀ ਦੀ ਕਥਾ ਸੰਗਤਾਂ ਸਰਵਣ ਕਰ ਰਹੀਆਂ ਹਨ, ਉਹਨਾਂ ਨੂੰ ਸੁੱਖ ਮਿਲੇਗਾ। ਕੋਈ ਉਹ ਛੁੱਟਣਗੇ ਚਿੰਤਾ ਦੀ ਪਕੜ ਵਿੱਚੋਂ, ਜਕੜ ਵਿੱਚੋਂ। ਚੇਤੇ ਹੈ ਏਕ, ਤਹੀ ਸੁਖ ਹੋਏ, ਉਹਨਾਂ ਨੂੰ ਸੁੱਖ ਮਿਲੇਗਾ। ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਜੀ ਵਸ ਜਾਂਦੇ ਹਨ, ਹੈਗੇ ਤਾਂ ਅੰਦਰ ਹਨ, ਵਿੱਚ ਹਉਮੈ ਪਰਦਾ ਪਾਈ, ਵਿੱਚ ਹਉਮੈ ਦਾ, ਅਹੰਕਾਰ ਦਾ ਪਰਦਾ ਪਿਆ ਹੋਇਆ ਹੈ, ਹੈਗੇ ਤਾਂ ਇਹਦੇ ਅੰਦਰ ਹੀ ਹਨ। ਜਦੋਂ ਪਾਲਣ ਲੱਗੇਗਾ, ਦਿਲੋਂ ਪਾਲੇਗਾ, ਜਿਨ੍ਹਾਂ ਜਿਨ੍ਹਾਂ ਨੇ ਪਾਲਿਆ ਹੈ ਉਹਨਾਂ ਨੇ ਆਖ ਦਿੱਤਾ ਹੈ, ਅੰਦਰੋਂ ਹੀ ਸੱਚ ਪਾਲਿਆ, ਅਸਾਂ ਲੱਭਿਆ ਹੈ ਆਪਣੇ ਅੰਦਰੋਂ ਹੀ, ਸਾਨੂੰ ਵਾਹਿਗੁਰੂ ਜੀ ਲੱਭੇ ਹਨ। ਜਿਨ੍ਹਾਂ ਦੇ ਚੇਤੇ ਵਿੱਚ ਵਾਹਿਗੁਰੂ ਜੀ ਵਸ ਜਾਂਦੇ ਹਨ, ਆਪਣਾ ਹਉਮੈ ਦਾ ਪਰਦਾ ਲਾਹ ਲੈਂਦੇ ਹਨ, ਜਿਹੜੇ ਈਗੋ ਅਹੰਕਾਰ ਨੂੰ ਖਤਮ ਕਰ ਦਿੰਦੇ ਹਨ, ਕੂੜ ਦੀ ਕੰਧ ਨੂੰ ਢਾ ਦਿੰਦੇ ਹਨ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਕੂੜੇ ਟੁੱਟੇ ਪਾਲ, ਇਹ ਦੀਵਾਰ ਨੂੰ ਢਾ ਕੇ ਪਰੇ ਕਰ ਦਿੰਦੇ ਹਨ, ਜੀਭਾ ਤੇ ਰਸਨਾ ਤੇ ਸੱਚ ਲੈ ਆਉਂਦੇ ਹਨ। ਗੁਰਬਾਣੀ ਜਦੋਂ ਪੜ੍ਹਦੇ ਹਨ, ਗੁਰਬਾਣੀ ਸੱਚ ਹੈ, ਵਾਹਿਗੁਰੂ ਜੀ ਚਿੱਤ ਵਿੱਚ ਹਨ, ਪ੍ਰਗਟ ਹੋ ਜਾਂਦੇ ਹਨ। ਜਿਵੇਂ ਦੁੱਧ ਜਮਾ ਲਈਦਾ ਹੈ, ਦਹੀਂ ਬਣ ਜਾਂਦਾ ਹੈ, ਫਿਰ ਰਿੜਕੀਦਾ ਹੈ, ਫਿਰ ਮੱਖਣ ਬਣ ਜਾਂਦਾ ਹੈ, ਘਿਓ ਬਣ ਜਾਂਦਾ ਹੈ, ਉਸੇ ਪ੍ਰਕਾਰ ਜਦੋਂ ਅੰਦਰ ਨਾਮ ਜਪਦਾ ਹੈ ਗੁਰ ਮੁਖ, ਇਸ ਰਸਤੇ ਚਿੱਤ ਵਿੱਚੋਂ ਹੀ ਵਾਹਿਗੁਰੂ ਜੀ ਸਾਹਮਣੇ ਆ ਜਾਂਦੇ ਹਨ,
ਜਿਵੇਂ ਦੁੱਧ ਤੋਂ ਘਿਓ ਨਜ਼ਰ ਆ ਜਾਂਦਾ ਹੈ, ਸੁੱਧ ਘਿਓ, ਤਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਅੰਦਰੋਂ ਹੀ ਲੱਭ ਪੈਂਦੇ ਹਨ। ਅੰਦਰ ਹੀ ਬੰਦਾ ਆਪਣੇ ਮਾਲਕ ਨਾਲ ਰਚ ਮਿਚ ਜਾਂਦਾ ਹੈ, ਬਾਹਰ ਦੀ ਦੁਨੀਆ ਨਾਲ ਫਿਰ ਐਵੇਂ ਨਾਮ ਮਾਤਰ ਰਹਿ ਜਾਂਦਾ ਹੈ। ਅੰਦਰ ਹੀ ਧਿਆਨ ਲੱਗਾ ਰਹਿੰਦਾ ਹੈ ਆਪਣੇ ਸਤਿਗੁਰਾਂ ਦੇ ਨਾਲ, ਅਕਾਲ ਪੁਰਖ ਜੀ ਦੇ ਨਾਲ, ਪਰਮੇਸ਼ਰ ਜੀ ਦੇ ਨਾਲ। ਚਿੱਤ ਵਸੈ ਸਮਝ ਪੈ ਜਾਂਦੀ ਹੈ ਵਾਹਿਗੁਰੂ ਮੇਰੇ ਚਿੱਤ ਵਿੱਚ ਹਨ। ਰਾਚੈ ਹਰ ਨਾਏ ਫਿਰ ਸਿਮਰਨ ਕਰਦਾ ਹੈ ਸਾਸ ਸਾਸ, ਸਿਮਰੋ ਗੋਬਿੰਦ, ਗੋਬਿੰਦ ਜੀ ਨੂੰ ਸਿਮਰਦਾ ਹੈ, ਰਚ ਮਿਚ ਜਾਂਦਾ ਹੈ ਆਪਣੇ ਹਰ ਰਾਏ ਜੀ ਦੇ ਨਾਲ, ਉਹਨਾਂ ਦਾ ਨਾਮ ਜਪਦਾ ਹੈ। ਚਿੱਤ ਵਸੈ ਰਾਚੈ ਹਰ ਨਾਏ, ਬਸ ਫਿਰ ਮੁਕਤੀ ਮਿਲ ਜਾਂਦੀ ਹੈ ਦੁਨੀਆ ਤੋਂ। ਪਕੜਾਂ ਜਕੜਾਂ ਖਤਮ ਹੋ ਜਾਂਦੀਆਂ ਹਨ, ਦੁਨੀਆ ਨੂੰ ਚੰਬੜਿਆ ਹੋਇਆ ਹੈ, ਦੁਨੀਆ ਛੁੱਟ ਜਾਂਦੀ ਹੈ, ਐਵੇਂ ਨਾਮ ਮਾਤਰ ਦੁਨੀਆ ਦੇ ਨਾਲ ਰਹਿੰਦਾ ਹੈ, ਪਰ ਅਸਲ ਵਿੱਚ ਸ਼ਬਦ ਦੇ ਵਿੱਚ ਅਭੇਦ ਹੋ ਜਾਂਦਾ ਹੈ, ਅਕਾਲ ਪੁਰਖ ਜੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਮੁਕਤ ਭਇਆ ਨਾਮ ਜਪਣ ਕਰਕੇ ਮੁਕਤ ਹੋ ਜਾਂਦਾ ਹੈ, ਦੁਨੀਆ ਵੱਲੋਂ ਮੁਕਤ ਹੋ ਜਾਂਦਾ ਹੈ, ਆਜ਼ਾਦ ਹੋ ਜਾਂਦਾ ਹੈ। ਇੱਜ਼ਤ ਪੱਤ ਨਾਲ ਦਰਗਾਹ ਵਿੱਚ ਚਲਾ ਜਾਂਦਾ ਹੈ ਸਤਿਗੁਰਾਂ ਦੇ ਚਰਨਾਂ ਵਿੱਚ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਮੁਕਤ ਭਇਆ ਪੱਤ ਸਿਉਂ ਕਰ ਜਾਏ। ਪੱਤ ਨਾਲ ਇੱਜ਼ਤ ਨਾਲ ਅਗਲੀ ਦਰਗਾਹ ਦੇ ਵਿੱਚ ਚਲਾ ਜਾਂਦਾ ਹੈ, ਪਰ ਜੇ ਸਿਮਰਨ ਕਰੇ, ਬੰਦਗੀ ਕਰੇ, ਨਾਮ ਜਪੇ, ਦੱਖਣੀ ਓਅੰਕਾਰ ਜੀ ਦਾ ਪਾਠ ਕਰ ਰਹੇ ਹਾਂ, ਕਥਾ ਕਰ ਰਹੇ ਹਾਂ, ਇੱਕ ਓਅੰਕਾਰ ਜੀ ਦਾ, ਸਤਨਾਮ ਜੀ ਦਾ, ਵਾਹਿਗੁਰੂ ਜੀ ਦਾ। ਆ ਜਿਹੜੀ ਗੰਢ ਬੱਝੀ ਹੋਈ ਹੈ ਮਨ ਦੀ ਤੇ ਤਨ ਦੀ, ਇਹ ਖੁੱਲ ਜਾਂਦੀ ਹੈ ਇੱਕ ਦਿਨ। ਜਦੋਂ ਗੰਢ ਖੁੱਲ ਜਾਂਦੀ ਹੈ, ਇਸ ਮਿੱਟੀ ਦੀ ਦੇਹ ਨੂੰ ਕੋਈ ਨਹੀਂ ਪੁੱਛਦਾ, ਮਸਾਣਾ ਵਿੱਚ ਪਈ ਹੁੰਦੀ ਹੈ ਖਾਕ ਇਸ ਦੀ, ਸਵਾਹ ਇਸ ਦੀ। ਚੁੱਕ ਕੇ ਲੈ ਵੀ ਜਾਂਦੇ ਹਨ, ਪਰ ਫਿਰ ਵੀ ਉੱਥੇ ਰੁਲਦੀ ਰਹਿੰਦੀ ਹੈ। ਜੇ ਕੋਈ ਮਿੱਟੀ ਵਿੱਚ ਦੱਬ ਦੇਵੇ ਤੇ ਮਿੱਟੀ ਵਿੱਚ ਹੀ ਦੱਬੀ ਰਹਿੰਦੀ ਹੈ। ਮਾਟੀ ਸਿਉਂ ਮਾਟੀ ਰਲੀ, ਨਾਂਗਾ ਉੱਠ ਜਾਏ। ਜਿਹੜੀ ਦੇਹ ਦੇ ਵਿੱਚ ਮਾਲਕ ਨੇ ਭੇਜਿਆ ਸੀ, ਉਹ ਦੇਹ ਵੀ ਨਾਲ ਨਹੀਂ ਜਾਂਦੀ ਬਿਨਾਂ ਸਿਮਰਨ ਤੋਂ। ਛੀਜੇ ਦੇਹ ਖੁੱਲੇ ਇੱਕ ਗੰਢ, ਛੀਜੇ ਦੇਹ ਖੁੱਲੇ ਇੱਕ ਗੰਢ, ਆ ਜਿਹੜੀ ਗੰਢ ਹੈ, ਆ ਜਿਹੜੇ ਸਵਾਸ ਹਨ, ਇਹ ਜਿਹੜਾ ਮਨ ਹੈ, ਕਾਇਆ ਮਨ ਨੂੰ ਹੰਸ ਵੀ ਕਹਿ ਦਿੰਦੇ ਨੇ ਜੇ ਕੋਈ ਨਾਮ ਜਪਦਾ ਹੈ। ਹੰਸਾਂ ਹੀਰਾ ਮੋਤੀ ਚੁਗਣਾ, ਕਈ ਵਾਰੀ ਜ਼ਿੰਦਗੀ ਬਗਲਾ ਬਣ ਜਾਂਦੀ ਹੈ, ਬਗ ਡੱਡਾ ਪਾਲਣ ਜਾਵੇ। ਇੱਥੇ ਅਕਾਲ ਪੁਰਖ ਜੀ ਦੀ ਕਿਰਪਾ ਦੀ ਗੱਲ ਹੈ, ਇਹ ਹੰਸ ਮੋਤੀ ਚੁਗਦਾ ਹੈ ਕਿ ਡੱਡੀਆਂ ਮੱਛੀਆਂ ਖਾਂਦਾ ਹੈ ਬਗਲਾ ਬਣ ਕੇ। ਇੱਥੇ ਪਾਗਾਂ ਦੀ ਖੇਡ ਹੈ, ਕਰਮਾਂ ਦੀ ਖੇਡ ਹੈ। ਮਨੁੱਖਾ ਜਨਮ ਹੈ, ਇਹ ਸੋਚ ਵੀ ਇਸਨੇ ਸੋਚਣੀ ਹੈ, ਗੁਰੂ ਦੇ ਲੜ ਲੱਗ ਕੇ ਹੰਸ ਬਣ ਕੇ ਰਹਿਣਾ ਹੈ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਪਾਲਣ ਜਾਵੇ, ਬਗਲਾ ਕਾਗ ਨੀਚ ਕੀ ਸੰਗਤ।
जाए करंग बिखू मुख लावे गो छीजे देह खुले एक गंड। एक दिन काया हंस दा उदास ना हो जाना, क्योंकि बहुत दुनिया उदास हो जाती है इस तरह गुरबाणी सुन के। कह भी देंदे हन ज्ञानी जी कोई खुशी दी बाणी पढ़ के सुनायो, खुशी दा शब्द सुनायो, उदासी वाला शब्द ना सुनायो। बड़ा ज्ञान मिलता है जदों लोगां दे मुंह तो ऐसे बचन सुनी दे हन, ऐसियां गल्लां सुनी दियां हन, खुशी दे शब्द पढ़ियो। छीजे देह खुले एक गंड, जदों गंड खुलदी है इस बाडी दा, इस तन दा, इस शरीर दा नास हो जांदा है। पहला पहला महाराज कहंदे हन नाम जप लो, सिमरन कर लो, बंदगी कर लो, अपने अकाल पुरख वाहिगुरु जी दे नाल जुड़ जाओ। मना नू उपदेश है गुरबाणी देवे, ए मन मेरिया तू सदा रहो हर नाले, मन रे कहां पे होता है पौरा, मन रे समझ कमन मत लागा। छिया नित देखो जग हंड, आले दुआले तक लवो, नित देखो कोई ना कोई आ रहा है। जन्मे को वाजे वजाए, कई पासे कोई जा रहा है, सोहलड़े अज्ञानी गाए। चला गया चला गया चला गया, सोहलड़े गाउंदे हन। नासवंत है संसार बिना सिमरन तो, अजाई बंदा व्यर्थ आया व्यर्थ चला गया। तूप छाव जे सम कर जाने, तूप छानू इको जिया जाने, दुख सुख दोनों सम कर जाने, और मान अपमान। तूप कदी इन्नी धुप हुंदी है, जवानी दी धुप भी हुंदी है, माया दी धुप भी हुंदी है। जवानी दी धुप विच भी सड़ जांदा है, माया दी धुप विच भी आपे ही सड़ जांदा है। महाराज हुक्म करदे हन इको जी जाननी है, बराबर जानना है। जिउ जी धुप है ओ जी छां है, गुर मुख माया विच उदासी, ए सब दात गुरु की जाने। तन गुरु गोबिंद सिंह सच्चे पातशाह जी दुख ते सुख नू इको जिहा जानना है, तां बंधन कट्टे जांदे हन इस मन दे। बंधन काट मुकत कर आने, धूप छाप जे सम कर जाने, बंधन काट मुकत कर आने। फिर बंदा मुक्ति दे घर आ जांदा है, सब बंधन इस मन दे कट्टे जांदे हन, इस मन दा भला हो जांदा है। छाया छूछी, आ जड़ी माया दी छाया है ये एवें है, छूछी है, व्यर्थ है। तुसी देख लेना कदी भी छाया एक जगह नहीं रहिंदी, छाया बदल जांदी है। माया दी छाया छूछी है, आज माया कोल है कल नहीं, दम निकल गए ते माया भी घर बदल लेंदी है, होर घर चली जांदी है। समझाउंदे हन दखणी ओंकार विच पहले पातशाह सतगुरु जी,
ਦੁਨੀਆਂ ਦੇ ਜੀਆਂ ਨੂੰ ਮਨਾਂ ਨੂੰ ਛਾਇਆ ਛੁੱਛੀ ਜਗਤ ਭੁਲਾਨਾ ਪੂਰੇ ਜਗਤ ਨੂੰ ਮਾਇਆ ਦੀ ਛਾਇਆ ਨੇ ਭੁਲਾਇਆ ਹੋਇਆ ਹੈ, ਭੁਲੇਖੇ ਵਿੱਚ ਪਾਇਆ ਹੋਇਆ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਤੇ ਛੱਡ ਰਹੇ ਹਨ। ਮਨੁੱਖਾ ਜਨਮ ਵਿੱਚੋਂ ਕੋਈ ਕੋਈ ਅਕਾਲ ਪੁਰਖ ਜੀ ਦੇ ਬਚਨ ਮੰਨਦਾ ਹੈ, ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਮੰਨਦਾ ਹੈ, ਉਹਦੇ ਲਿਖੇ ਹੋਏ ਲੇਖ ਜਿਹੜੇ ਹਨ ਉਹ ਗੁਰੂ ਮਿਟਾ ਦਿੰਦੇ ਹਨ, ਗੁਰੂ ਵਿੱਚ ਆਪ ਹੀ ਹਨ ਪਰਮੇਸ਼ਰ ਜੀ। ਲਿਖਿਆ ਕਿਰਤ ਤੁਰੇ ਪਰਵਾਨਾ, ਜੇ ਧੰਨ ਗੁਰੂ ਨਾਨਕ ਸਾਹਿਬ ਜੀ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਰਸੇ, ਕਲਗੀਧਰ ਸਾਹਿਬ ਦਸਮੇਸ਼ ਪਿਤਾ ਮਹਾਰਾਜ ਜੀ ਦੇ ਚਰਨ ਪਰਸੇ, ਸਤਿਗੁਰ ਸੱਚੇ ਪਾਤਸ਼ਾਹ ਜੀ ਛੇਵੇਂ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗੂ ਕਈ ਕੁਝ ਕੱਟ ਦਿੰਦੇ ਹਨ, ਇੱਕ ਤੋਂ ਸੱਤ ਸੱਤ ਵੀ ਕਰ ਦਿੰਦੇ ਹਨ। ਗੁਰਮੈਂ ਆਪ ਸਮੋਏ ਰੱਖਿਆ ਕਰਤਾਰੇ, ਧੰਨ ਗੁਰੂ ਨਾਨਕ ਸਾਹਿਬ ਜੀ ਵਿੱਚ ਅਕਾਲ ਪੁਰਖ ਹਨ, ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਹਨ। ਦਸਵੇਂ ਪਾਤਸ਼ਾਹ ਵੀ ਨੌਵੇਂ ਗੁਰੂ, ਇਹ ਦਸਵੇਂ ਪਾਤਸ਼ਾਹ ਵੀ ਪਹਿਲੇ ਪਾਤਸ਼ਾਹ ਦੀ ਜੋਤ ਹੈ, ਹੁਣ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹੀ ਉਹ ਜੋਤ ਹੈ। ਜੋਤ ਉਹਾ ਜੁਗਤ ਸਹਿ ਕਾਇਆ ਫੇਰ ਪਲਟੀ। ਲਿਖਿਆ ਕਿਰਤ ਤੁਰੇ ਪਰਵਾਨਾ, ਜੋ ਜੋ ਲਿਖਾ ਕੇ ਬੰਦਾ ਆਇਆ ਹੈ ਉਹ ਫਲ ਭੁਗਤਦਾ ਫਿਰਦਾ ਹੈ, ਪਰ ਜੇ ਕਿਤੇ ਗੁਰੂ ਦੇ ਲੜ ਲੱਗ ਜਾਵੇ ਤਾਂ ਜਿਹਦੇ ਕਰਮਾਂ ਵਿੱਚ ਇੱਕ ਪੁੱਤਰ ਵੀ ਨਹੀਂ, ਗੁਰੂ ਘਰ ਵਿੱਚੋਂ ਸੱਤ ਸੱਤ ਮਿਲੇ ਹਨ। ਗੁਰੂ ਨਾਨਕ ਬੋਲੇ ਦਰਗਹਿ ਪਰਵਾਨ, ਛੀਜੈ ਜੋਬਨ। ਇੱਕ ਦਿਨ ਜੋਬਨ ਟਲ ਜਾਂਦਾ ਹੈ, ਜਿਵੇਂ ਦੁਪਹਿਰਾ ਟਲ ਜਾਂਦਾ ਹੈ ਉਸੇ ਤਰ੍ਹਾਂ ਜਵਾਨੀ ਟਲ ਜਾਂਦੀ ਹੈ। ਜਰੂਆ ਸਿਰ ਕਾਲ, ਜਰੂਆ ਬੁਢੇਪੇ ਨੂੰ ਕਹਿੰਦੇ ਹਨ। ਗੁਰਬਾਣੀ ਦੇ ਹੁਕਮ ਹਨ ਦੱਖਣੀ ਓਅੰਕਾਰ ਵਿੱਚ, ਸਿਰ ਵੀ ਚਿੱਟਾ ਹੋ ਜਾਂਦਾ ਹੈ, ਸਮਝੋ ਕਾਲ ਸਮਾਂ ਇਸ ਦੇਹ ਨੂੰ ਛੱਡਣ ਦਾ ਹੁਣ ਨੇੜੇ ਆ ਰਿਹਾ ਹੈ, ਕਾਇਆ ਛਿੱਜ ਜਾਂਦੀ ਹੈ। ਜਰੂਆ ਬੁਢੇਪਾ ਆ ਕੇ ਫੜ ਲੈਂਦਾ ਹੈ, ਬੜੇ ਯਤਨ ਕਰਦਾ ਹੈ ਬੰਦਾ, ਪਰ ਬੁਢੇਪਾ ਆ ਕੇ ਜਾਂਦਾ ਨਹੀਂ, ਨਾਲ ਲੈ ਕੇ ਜਾਂਦਾ ਹੈ। ਤਾਂ ਤੇ ਸਤਿਗੁਰੂ ਕਹਿੰਦੇ ਹਨ ਅਕਾਲ ਪੁਰਖ ਜੀ ਦਾ ਸਿਮਰਨ ਕਰੋ। ਕਾਇਆ ਛੀਜੈ, ਦੇਹ ਦੀਆਂ ਹੱਡੀਆਂ ਨਿਕਲ ਆਉਂਦੀਆਂ ਹਨ, ਗੋਡੇ ਪੈਰ ਦੁਖਣ ਲੱਗ ਪੈਂਦੇ ਹਨ, ਨਾੜਾਂ ਦਿਸਣ ਲੱਗ ਪੈਂਦੀਆਂ ਹਨ। ਬੈਠਾ ਹੋਵੇ ਜਿਹੜਾ ਤੱਕਦਾ ਹੈ ਉਹਨੂੰ ਵੀ ਡਰ ਲੱਗਦਾ ਹੈ, ਉਹ ਸ਼ਕਲ ਸੂਰਤ ਨਹੀਂ ਰਹਿ ਜਾਂਦੀ। ਕਾਇਆ ਛੀਜੈ, ਛੀਜੈ ਕਹਿੰਦੇ ਹਨ ਛਿੱਜ ਜਾਂਦੀ ਹੈ, ਜਿਵੇਂ ਕੱਪੜੇ ਛਿੱਜ ਜਾਂਦੇ ਹਨ, ਪਾਟ ਜਾਂਦੇ ਹਨ, ਪੁਰਾਣੇ ਹੋ ਜਾਂਦੇ ਹਨ। ਇਹ ਦੇਹ ਵੀ ਛਿੱਜ ਜਾਂਦੀ ਹੈ, ਪਾਟ ਜਾਂਦੀ ਹੈ, ਸੱਟਾਂ ਵੱਜ ਜਾਂਦੀਆਂ ਹਨ, ਪੁਰਾਣੀਆਂ ਹੱਡੀਆਂ ਹੋ ਜਾਂਦੀਆਂ ਹਨ। ਭਈ ਸੇਵਾਲ, ਪਾਣੀ ਦੇ ਜਾਲੇ ਵਾਂਗੂ ਜਿਵੇਂ ਜਾਲ ਪੈ ਜਾਂਦਾ ਹੈ, ਸੇਵਾਲ ਦਾ ਬੂਰ ਪੈ ਜਾਂਦਾ ਹੈ, ਉਹਨੂੰ ਕੋਈ ਪੀਂਦਾ ਨਹੀਂ, ਐਸਾ ਬੁਢੇਪਾ ਆ ਜਾਂਦਾ ਹੈ, ਕੋਈ ਝੱਲਦਾ ਨਹੀਂ, ਕੋਈ ਨੇੜੇ ਨਹੀਂ ਆਉਂਦਾ। ਦੇਹ ਸੁੱਕ ਜਾਂਦੀ ਹੈ ਸੇਵਾਲ,
ਓਈ ਉਹ ਸਰੀਰ ਕਿੱਡਾ ਮੋਟਾ ਹੁੰਦਾ ਸੀ, ਓਈ ਉਹ ਸਰੀਰ ਸੇਬਾਲ ਸੁੱਕ ਸੜ ਗਿਆ, ਪਤਲਾ ਪੈ ਗਿਆ। ਇੰਜ ਜਾਣੋ ਜਿਵੇਂ ਲੱਕੜਾਂ ਬਲਦੀਆਂ ਹਨ, ਬਾਲਣ ਲੱਗਿਆਂ ਵੀ ਦੇਰ ਨਾ ਲੱਗੇਗੀ। ਜਿਵੇਂ ਉਹ ਲੱਕੜਾਂ ਬਲਣ ਗਈਆਂ, ਤਿਵੇਂ ਇਹ ਲੱਕੜਾਂ ਵੀ ਦੇਹ ਦੀਆਂ ਬਲ ਜਾਣਗੀਆਂ। ਨਾਮ ਜਪ ਲਓ, ਸਤਿਗੁਰੂ ਜੀ ਹੁਕਮ ਕਰਦੇ ਹਨ। ਅੱਜ ਦੀ ਕਥਾ ਇੱਥੇ ਸਮਾਪਤ ਹੈ। ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ, ਧੰਨ 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 ਸਾਹਿਬ ਸਤਿਗੁਰੂ ਜੀ। ਗੁਰੂ ਗ੍ਰੰਥ ਸਾਹਿਬ ਦਾ ਤਾਰ ਪਾਤਸ਼ਾਹ ਜੀ ਉਦਾਸ ਦਿਲਬਾਗ ਸਿੰਘ ਪਾਸੋਂ ਪਵਿੱਤਰ ਗੁਰਬਾਣੀ ਦੱਖਣੀ ਓਅੰਕਾਰ ਜੀ ਦੇ ਆਪ ਜੀ ਦੇ ਬਚਨ ਪੜ੍ਹਦੇ ਹਾਂ। ਪਵਿੱਤਰ ਸੱਚੀ ਸੁੱਚੀ ਗੁਰਬਾਣੀ ਨੂੰ ਪੜ੍ਹਦੇ ਹਾਂ। ਕਈ ਪ੍ਰਕਾਰ ਦੀਆਂ ਕਥਾ ਕਰਦਿਆਂ ਭੁੱਲਾਂ ਹੋ ਗਈਆਂ ਹਨ, ਤੋ ਕਲਾ ਕੰਨਾ ਅੱਖਰ ਅੱਗੇ ਪਿੱਛੇ ਪੜ੍ਹਿਆ ਗਿਆ ਹੈ। ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਵਿਖੇ ਦਾਸਰਾ ਅਰਦਾਸ ਕਰਦਾ ਹੈ। ਬੇਨਤੀ ਕਰ ਰਿਹਾ ਹੈ, ਮੈਨੂੰ ਖਿਮਾ ਕਰ ਦਿਓ, ਮੈਂ ਭੁੱਲਣਹਾਰ ਹਾਂ, ਭੁੱਲ ਜਾਂਦਾ ਹਾਂ। ਕਥਾ ਕਰਦਿਆਂ ਵੀ ਕਈ ਸ਼ਬਦ ਮੈਥੋਂ ਸੁੱਧ ਨਹੀਂ ਕਹਿ ਗਏ। ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ, ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ, ਸਤਿਗੁਰੂ ਜੀ ਮੈਨੂੰ ਖਿਮਾ ਕਰ ਦਿਓ। ਅੰਤ ਵੇਲੇ ਸਤਿਗੁਰੂ ਜੀ ਸਹਾਈ ਹੋ ਜਾਣਾ, ਜਿੱਥੇ ਪੁੱਤਰ ਕਲੱਤਰ ਕੋਈ ਬੇਲੀ ਨਾਹੀਂ, ਤਿੱਥੇ ਹਰ ਆਪ ਛਡਾਏ ਦਾ ਆਸ ਰੱਖ ਕੇ ਬੈਠਾ ਹਾਂ। ਸਤਿਗੁਰੂ ਜੀ ਬਚਾ ਲੈਣਾ, ਬਚਾ ਲੈਣਾ, ਬਚਾ ਲੈਣਾ। ਜਿਨ੍ਹਾਂ ਗੁਰੂ ਕੀਆਂ ਸੰਗਤਾਂ ਨੇ ਦੱਖਣੀ ਓਅੰਕਾਰ ਜੀ ਦੀ ਪਵਿੱਤਰ ਗੁਰਬਾਣੀ ਸਰਵਣ ਕੀਤੀ ਹੈ, ਕਥਾ ਸਰਵਣ ਕੀਤੀ ਹੈ, ਸੰਗਤ ਦਾ ਵੱਡਾ ਦਰਜਾ ਹੈ, ਸੰਗਤ ਗੁਰੂ ਦਾ ਰੂਪ ਹੈ, ਸੰਗਤ ਵਿੱਚ ਵਾਹਿਗੁਰੂ ਜੀ ਵਸਦੇ ਹਨ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰੋ। ਸੰਗਤ ਗੁਰੂ ਰੂਪ ਹੈ, ਜੇ ਸੰਗਤ ਖਿਮਾ ਕਰ ਦੇਵੇ, ਬਾਬਾ ਜੀ ਵੀ ਖਿਮਾ ਕਰ ਦਿੰਦੇ ਹਨ, ਦਰਗਾਹ ਦੇ ਵਿੱਚ ਵੀ ਖਿਮਾ ਮਿਲ ਜਾਂਦੀ ਹੈ, ਮੁਆਫੀ ਮਿਲ ਜਾਂਦੀ ਹੈ। ਇਹ ਜਿੰਨੀ ਵੀ ਸੇਵਾ ਹੈ, ਯੂਟਿਊਬ ਵਾਲੇ ਕਰ ਰਹੇ ਹਨ, ਜਿੰਨੇ ਵੀ ਵਰਕਰ ਹਨ, ਸੇਵਕ ਹਨ, ਬਹੁਤ ਸੋਹਣੇ ਢੰਗ ਦੇ ਨਾਲ ਵਿਛੜੇ ਹੋਏ ਮਨਾਂ ਤੱਕ, ਜਿਹੜੇ ਮਨ ਰੱਬ ਕੋਲੋਂ ਵਾਹਿਗੁਰੂ ਕੋਲੋਂ ਦੂਰ ਹੋ ਗਏ ਹਨ, ਉਹਨਾਂ ਤੱਕ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਪਹੁੰਚ ਜਾਵੇ। ਇਹ ਸਾਰੀ ਸੇਵਾ ਯੂਟਿਊਬ ਵਾਲੇ ਕਰ ਰਹੇ ਹਨ, ਉਹਨਾਂ ਦਾ ਭਲਾ ਹੋ ਜਾਵੇ। ਬਹੁਤ ਸੋਹਣੇ ਢੰਗ ਦੇ ਨਾਲ ਗੁਰਬਾਣੀ ਦੇ ਐਪੀਸੋਡ ਜਿਹੜੇ ਹਨ, ਸਾਧ ਸੰਗਤ ਤੱਕ ਪਹੁੰਚਾ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ। ਯੂਟਿਊਬ ਦੀ ਸੇਵਾ ਥਾਏ ਪਵਣੀ, ਸਫਲ ਕਰ ਦੇਣੀ। ਭਾਵੇਂ ਕਿੰਨਾ ਵੱਡਾ ਪਸਾਰਾ ਹੈ ਯੂਟਿਊਬ ਦਾ, ਪਰ ਆਹ ਜਿਹੜੀ ਸਾਈਡ ਹੈ ਸੰਤਾਂ ਵਾਲੀ, ਮਹਾਂਪੁਰਖਾਂ ਵਾਲੀ, ਸਤਿਗੁਰਾਂ ਵਾਲੀ, ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਲੀ, ਹੱਥ ਜੋੜ ਕੇ ਬੇਨਤੀ ਹੈ, ਇਹਦਾ ਫਲ ਯੂਟਿਊਬ ਵਾਲਿਆਂ ਨੂੰ ਸਤਿਗੁਰ ਜੀ ਬਖਸ਼ਿਸ਼ ਕਰ ਦੇਣ ਦੀ ਕਿਰਪਾਲਤਾ ਕਰਨੀ। ਤੁਸੀਂ ਸਭਨਾ ਤੇ ਕਿਰਪਾ ਕਰਦੇ ਹੋ, ਕਿਰਪਾ ਨਿਦਾਨ ਹੋ, ਦਇਆ ਦੇ ਸਾਗਰ ਹੋ, ਸਭਨਾ ਤੇ ਦਇਆ ਕਰਦੇ ਹੋ। ਅਰਦਾਸ ਦਰ ਤੇ ਪ੍ਰਵਾਨ ਕਰ ਲੈਣੀ, ਯੂਟਿਊਬ ਨੂੰ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਸਤਿਗੁਰ ਜੀ ਰੱਖਣਾ, ਆ ਸਾਈਡ ਸਦਾ ਕਾਇਮ ਰੱਖਣੀ, ਦੁਨੀਆਂ ਦਾ ਭਲਾ ਹੁੰਦਾ ਰਵੇ ਗੁਰਬਾਣੀ ਸੁਣ ਸੁਣ ਕੇ। ਚਲੇ ਜਾਇਆ ਕਰੋ ਯੂਟਿਊਬ ਤੇ, ਲਿਖ ਦਿਆ ਕਰੋ ਗੁਰਬਾਣੀ ਵਿਚਾਰ ਲੀਡਸ UK, ਪਿਆਰਿਓ ਆਨੰਦ ਮਾਣਿਆ ਕਰੋ। ਗੁਰਬਾਣੀ ਇਸ ਜਗ ਮੈਂ ਚਾਨਣ, 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 ਗੁਰਬਾਣੀ ਇਸ ਜਗ ਮੈਂ ਚਾਨਣ। ਦਾਸ ਬੇਨਤੀ ਕਰਦਾ ਹੈ, ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ, ਅੱਗੇ ਵੀ ਸੰਗਤਾਂ ਨੂੰ
आख्या करो, भाई सबसक्राइब कर दियो, गुरबाणी विचार लीड्स यूके यूट्यूब ते जाओ, आनंद माणिया करो, गुरबाणी सुन सुन के सुने दुख पाप का नाश, पापा दा दुखां दा सब नाश हो जावेगा, सतगुरां दी पावन गुरबाणी सुन के। दास नूं भी बड़ा हौसला हो जांदा है, देखो साध संगत ऐस वेले भी धन गुरु नानक साहब जी नाल, कलगियां वाले बाजां वाले नाल, धन गुरु ग्रंथ साहब जी नाल किन्ना प्यार कर रही है। जदों तुसी सबसक्राइब करदे हो, दास नूं बड़ी प्रसन्नता मिलदी है कि किन्ना संगतां देखो प्यार कर रहीआं हन। नाम जपो, गुरु घर जरूर जाया करो, बिना सिमरन तों साध संगत जीवन व्यर्थ है। वाहेगुरु 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 जी का खालसा, वाहेगुरु जी की फतेह।